ਕੈਪਟਨ ਅਮਰਿੰਦਰ ਸਿੰਘ ਗੁਰੂ ਧਾਮਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰੂ ਧਾਮਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਪਟਿਆਲਾ ਤੋਂ ਅਜੀਤ ਪੈਪ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ। ਲੋਕ ਰਾਜ ਦਾ ਕਤਲ, ਵੋਟ ਦਾ ਅਧਿਕਾਰ ਦਾ ਕਤਲ, ਜਿਹੜਾ ਸਾਨੂੰ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ, ਉਹ ਜਿਹੜਾ ਖਤਮ ਕੀਤਾ ਗਿਆ, ਉਹਦੇ ਖਿਲਾਫ ਲੜਾਈ। ਤੀਸਰੀ ਗੱਲ ਜੋ ਬਹੁਤ ਅਹਿਮ ਹੈ, ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੜੀ ਮੁਸ਼ਕਲ ਲਿਆਂਦੀ ਹੈ, ਉਹ ਖਤਮ ਕਰਨ 'ਤੇ ਤੁਲੇ ਹਨ। ਔਰ ਚੌਥਾ ਜਿਹੜਾ ਹੈ, ਇਸ ਪਾਰਟੀ ਦਾ ਮਕਸਦ ਜਿਹੜਾ ਹੈ ਕਿ ਉਹ ਗੁਰਦੁਆਰਾ ਸਾਹਿਬਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਅੱਜ ਦੇ ਅਖਬਾਰ ਵੀ ਪੜ੍ਹ ਲਓ ਅਤੇ ਕੱਲ੍ਹ ਨੂੰ ਜਿਹੜੀ ਕਾਂਗਰਸ ਦੀ ਲੰਬੀ ਲਹਿਰੀ ਹੋ ਰਹੀ ਹੈ ਉਹਦਾ ਹੈਡਲਾਈਨ ਵੀ ਪੜ੍ਹ ਲਿਓ। ਅਮਰਿੰਦਰ ਸਿੰਘ ਨੇ ਇਹੀ ਕਿਹਾ ਕਿ ਹੁਣ ਅਸੀਂ ਗੁਰਧਾਮਾਂ 'ਤੇ ਕਬਜ਼ਾ ਕਰਨਾ ਹੈ। ਔਰ ਅਕਾਲੀ ਦਲ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਹੈ, ਉਹਦੇ 'ਤੇ ਸਾਰੇ 'ਤੇ ਅਸੀਂ ਕਬਜ਼ਾ ਕਰਨਾ। ਅਤੇ ਪੰਜਵੀਂ ਗੱਲ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸਨ ਸਾਡੀ ਜਨਤਾ ਨਾਲ, ਜਿਹਦਾ ਜ਼ਿਕਰ ਬਹੁਤ ਦਫਾ ਹੋ ਚੁੱਕਿਆ ਹੈ, ਉਹਨਾਂ ਤੋਂ ਮਨਵਾਉਣੇ। ਬੇਨਤੀ ਹੈ ਕਿ ਜੋ ਧੱਕਾ ਇਹ ਤੁਹਾਡੇ ਨਾਲ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ 'ਤੇ ਹੋਇਆ, ਇਹਦੇ 'ਚ ਪਹਿਲਾਂ ਵੀ ਦੱਸ ਦਿੱਤਾ, ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ। ਔਰ ਇਹ ਤੁਹਾਡੀ ਸਾਰਿਆਂ ਦੀ ਹੱਡ ਬੀਤੀ ਹੈ, ਜੇ ਇਹ ਤੁਹਾਡਾ ਵੋਟ ਦਾ ਅਧਿਕਾਰ ਖੋਲਿਆ, ਜਿਹੜਾ ਕਿ ਸਾਨੂੰ ਇਹ ਰਾਈਟ ਮਿਲਿਆ ਕਾਂਸਟੀਟਿਊਸ਼ਨ 'ਚ ਕਿ ਹਰ ਪੱਧਰ ਦਾ ਇੰਸਟੀਟਿਊਸ਼ਨ ਜੋ ਹੈ, ਭਾਵੇਂ ਪੰਚਾਇਤ ਹੈ, ਭਾਵੇਂ ਬਲਾਕ ਸੰਮਤੀ ਹੈ, ਭਾਵੇਂ ਜ਼ਿਲ੍ਹਾ ਪ੍ਰੀਸ਼ਦ ਹੈ, ਭਾਵੇਂ ਸਟੇਟ ਅਸੈਂਬਲੀ ਹੈ, ਪਾਰਲੀਮੈਂਟ ਹੈ, ਉਹਦੇ ਤੁਸੀਂ ਆਪਣੇ ਨੁਮਾਇੰਦੇ ਆਪਣੀ ਮਰਜ਼ੀ ਨਾਲ ਚੁਣ ਸਕਦੇ ਹੋ ਅਤੇ ਉਹਨਾਂ ਅਦਾਰਿਆਂ ਦੀ ਤੁਸੀਂ ਸੇਵਾ ਕਰ ਸਕਦੇ ਹੋ।